ਸਸਿਕਲ ਦੋਸਤੋ ਨਿਰੰਭਲਜੀ ਸਿੰਘ ਆਪਾਂ 10th ਕਲਾਸ ਦਾ ਫਰਸਟ ਚੈਪਟਰ ਕਰਦੇ ਹੋਏ ਆ ਉਹਦੇ ਵਿੱਚ ਆਪਾਂ 1.5th ਕੁਐਸਚਨ ਕਰਨਾ ਹੈ ਜਿਹੜੀ ਦੇ ਇਕੁਏਸ਼ਨ ਨੇ ਇਹਨਾਂ ਨੂੰ ਸੋਲਵ ਕਰਨਾ ਹੈ ਕਹਿੰਦਾ ਹੇਟ ਲਿਖ ਕੇ ਕਤਨਾ ਨੂੰ ਰਸਾਇਣਿਕ ਸਮੀਕਰਨ ਦੇ ਰੂਪ ਵਿੱਚ ਬਦਲੋ ਅਤੇ ਫਿਰ ਸੰਤੁਲਿਤ ਕਰੋ ਠੀਕ ਹੈ ਜੀ ਨਾਲ ਦੇ ਨਾਲ ਆਪਾਂ ਨੂੰ ਕੀ ਕਰਨਾ ਸੰਤੁਲਿਤ ਵੀ ਕਰਨਾ ਹੈ ਤਾਂ ਇਹਨੂੰ ਆਪਾਂ ਪਹਿਲਾ ਕੁਐਸਚਨ ਹੈਗਾ ਹੈ ਹਾਈਡਰੋਜਨ ਗੈਸ ਨਾਈਟ੍ਰੋਜਨ ਗੈਸ ਨਾਲ ਜੁੜ ਕੇ ਅਮੋਨੀਆ ਬਣਾਉਂਦੀ ਹੈ ਠੀਕ ਹੈ ਜੀ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਹੈ ਮਨ ਮੇਰੇ ਕੋਲ ਪਹਿਲਾ ਕੀ ਹੈ ਇਹ ਹੈ ਪਹਿਲਾ ਕੁਐਸਚਨ ਹੈ ਜਿਹੜੀ ਹਾਈਡਰੋਜਨ ਗੈਸ ਹੈ ਉਹ ਨਾਈਟ੍ਰੋਜਨ ਨਾਲ ਗੈਸ ਨਾਲ ਜੁੜ ਕੇ ਕੀ ਬਣਾਉਂਦੀ ਹੈ ਅਮੋਨੀਆ ਬਣਾਉਂਦੀ ਹੈ ਤਾਂ ਇਹਦੇ ਵਿੱਚ ਮੈਂ ਕੀ ਹੈ ਵੀ ਬੈਲੈਂਸ ਕਰਨੀ ਹੈ ਸੰਤੁਲਿਤ ਕਰਨੀ ਹੈ ਨਾ ਸੰਤੁਲਿਤ ਕਰਨੀ ਹੈ ਕਿਵੇਂ ਨੂੰ ਕੀ 기ਵਨ ਹੈ ਉਹ ਕਹਿੰਦਾ ਹੈ ਵੀ ਜਿਹੜੀ ਤੇਰੇ ਕੋਲ ਹਾਈਡਰੋਜਨ ਗੈਸ ਹੈ ਕਿਹਦੇ ਨਾਲ ਮਿਲਦੀ ਹੈ ਨਾਈਟ੍ਰੋਜਨ ਗੈਸ ਨਾਲ ਮਿਲਦੀ ਹੈ ਤਾਂ ਕੀ ਬਣਾਉਂਦੀ ਹੈ ਐਨ ਐਚ 3 ਬਣਾਉਂਦੀ ਹੈ ਅਮੋਨੀਆ ਬਣਾਉਂਦੀ ਹੈ ਠੀਕ ਹੈ ਜੀ ਇਹ ਕੁਐਸਚਨ ਹੈ ਸਾਡੇ ਕੋਲ ਜਦੋਂ ਸੰਤੁਲਿਤ ਕਰਨਾ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਦਾਂ ਇੱਕ ਬਲੌਕ ਬਣਾ ਲੈਣਾ ठीक है जी ये देखो अभी मतलब इदा लिखना है उत्पा अभिकारक कि उत्पादन ये मेरे को हैगा हाइड्रोजन नाइट्रोजन दो चीज़ें ने अभिकारकों के मेरे को किन्न हाइड्रोजन दो ने नाइट्रोजन भी किन्ने दो ने इथे नाइट्रोजन कि एक है इतने हाइड्रोजन किन्ने तीन ने ਤਾਂ ਜਦੋਂ ਜਦੋਂ ਤੁਹਾਨੂੰ ਕਦੇ ਦਾ ਇਵਨ ਆਡ ਚ ਮਿਲ ਜਵੇ ਨਾ ਜੇ ਲਾਈਕ ਇਵਨ ਆਡ ਦੇ ਵਿੱਚ ਜਿਹੜਾ ਤੁਹਾਨੂੰ ਕੋਈ ਚੀਜ਼ ਮਿਲਦੀ ਹੈਗੀ ਆ ਤਾਂ ਜਿਹੜਾ ਨੰਬਰ ਇਵਨ ਆਡ ਚ ਜਿਵੇਂ ਤੇ ਇੱਥੇ ਦੋ ਨੇ ਇੱਥੇ ਕਿੰਨੇ ਇੱਕ ਤਾਂ ਇਹਦੇ ਵਿੱਚ ਵੀ ਕੀ ਆ ਇਹਦੇ ਵਿੱਚ ਇਵਨ ਆਡ ਨੇ ਹੈ ਨਾ ਤਾਂ ਤੁਸੀਂ ਇਹਨੂੰ ਕੀ ਕਰਨਾ ਹੈ ਤਾਂ ਜਿਹੜੇ ਜਿਹਨੂੰ ਮੰਨ ਲਓ ਪਹਿਲਾ ਇਹਦਾ ਇੱਕ ਨੇ ਇਹਨੂੰ ਇਵਨ ਬਣਾਉਣ ਦੀ ਕੋਸ਼ਿਸ਼ ਕਰਨੀ ਆ ਠੀਕ ਹੈ ਇਹਦੇ ਜੇ ਇਹਦੇ ਵਿੱਚ ਮੈਂ ਨਾਈਟ੍ਰੋਜਨ ਦੋ ਕਰਨੇ ਨੇ ਨਾ ਫਿਰ ਮੈਂ ਦੋ ਨਾਲ ਗੁਣਾ ਕਰ ਰਹਾ ਤੇ ਜੇ ਇੱਥੇ ਮੈਂ ਦੋ ਲਗਾ ਦੇਣਾ ਏ ਠੀਕ ਹੈ ਜੀ ਇਸ ਤੇ ਗਾਤਨਾਂ 'ਤੇ ਦੋ ਲਗਾ ਦੇਣਾ ਹੈ ਤਾਂ ਮੈਨੂੰ ਕੀ ਮਿਲ ਜੇਗਾ ਤਾਂ ਮਤਲਬ ਮੈਂ ਗੁਣਾ ਕਰਦਾ ਦੋ ਦੇ ਨਾਲ ਤਾਂ ਮੈਨੂੰ ਕੀ ਮਿਲ ਜੇਗਾ ਦੋ ਮਿਲ ਜੇਗਾ ਦੋ ਮਿਲ ਗਿਆ ਇਹ ਮੇਰਾ ਬੈਲੈਂਸ ਹੋ ਗਿਆ ਜਦੋਂ ਇਹ ਤਾਂ ਮੇਰਾ ਕਿੰਨਾ ਹੋ ਗਿਆ ਬੈਲੈਂਸ ਹੋ ਗਿਆ ਪਰ ਇਹ ਹਾਈਡਰੋਜਨ ਦੇ ਕਿੰਨੇ ਸੀਗੇ ਹਾਈਡਰੋਜਨ ਬਿਲਕੁਲ 3 ਬੇ ਸੀਗੇ ਦੋ ਹੋਰ ਲੈ ਲੈਣੇ ਟੋਟਲ ਕਿੰਨੇ ਹੋਗੇ ਮੇਰੇ ਕੋਲ 6 ਹੋਗੇ ਨੇ ਤਾਂ ਇਹਨੂੰ ਦੋ ਨਾਲ ਗੁਣਾ ਕੀਤਾ ਤਾਂ ਮੇਰੇ ਕੋਲ ਕਿੰਨੇ ਮਿਲ ਗਏ 6 ਮਿਲ ਗਏ ਨੇ ਇਹ 6 ਹੋਗੇ ਨੇ ਇਹਨੂੰ ਵੀ ਕਿੰਨਾ ਕਿੰਨੇ ਕਰਨੇ 6 ਕਰਨੇ ਆ ਤਾਂ ਹਾਈਡਰੋਜਨ ਦੇ ਇਧਰ ਕਿਰਿਆ ਦੋ ਆ ਤਾਂ ਮੈਨੂੰ ਕਿਹ ਨਾਲ ਗੁਣਾ ਕਰ ਲੈਣਾ ਚਾਹੀਦਾ ਹੈ ਤਿੰਨ ਦੇ ਨਾਲ ਗੁ ਠੀਕ ਹੈ ਜੀ ਤੇ ਮੈਂ 3 ਨੇ ਲਗਾ ਗੁਣਾ ਕਰੂੰਗਾ ਤਾਂ ਆਈ ਮੈਨੂੰ ਕਿੰਨਾ ਤੇ ਦੇਗਾ 6 ਦੇ ਦੇਗਾ ਤਾਂ ਇੱਧਰ ਵੀ 6 ਨੇ ਤੇ ਇਹ ਵੀ ਦੋ ਨੇ ਇਹ ਵੀ ਦੋ ਨੇ ਤੇ ਇਹ ਵੀ 6 ਨੇ ਇਹ ਮੇਰੇ ਕੋਲ ਇਕੁਏਸ਼ਨ ਕੀ ਹੋ ਚੁੱਕੀ ਹੈ ਬੈਲੈਂਸ ਹੋ ਚੁੱਕੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਇਕੁਏਸ਼ਨ ਹੈ ਬੈਲੈਂਸ ਕਰਨੀਆਂ ਨੇ ਇਹ ਪਹਿਲਾ ਕੁਐਸਚਨ ਸੀਗਾ ਤੇ ਇਦਾਂ ਜਿਹੜੇ ਸਾਰੇ ਕੁਐਸਚਨ ਰਿਐਕਸ਼ਨਾਂ ਨੇ ਹਨਾ ਇਹ ਸਮੀਕਰਨਾਂ ਨੂੰ ਮੈਂ ਅਲੱਗ-ਅਲੱਗ ਵੀਡੀਓ ਲੈਕਚਰ ਚ ਬਣਾਉਂਗਾ ਤੇ ਵੀਡੀਓ ਲੈਕਚਰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ so much